ਹਸਪਤਾਲ ਦੇ ਵਿੱਚੋਂ ਸ਼ਰੇਆਮ ਬੱਚਾ ਚੋਰੀ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਸਿਵਲ ਹਸਪਤਾਲ ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਅਤੇ ਜਿਵੇਂ ਹੀ ਇੱਕ ਔਰਤ ਇਸ ਦੇ ਅੰਦਰ ਦਾਖਲ ਹੁੰਦੀ ਹੈ ਸਾੜੀ ਪਾ ਕੇ ਤੇ ਮੂੰਹ ਇਸਨੇ ਆਪਣਾ ਲਪੇਟਿਆ ਹੁੰਦਾ ਤੇ ਚਾਦਰ ਦੇ ਵਿੱਚ ਲਪੇਟ ਕੇ ਇੱਕ ਨਵਜਾਤ ਬੱਚੇ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ। ਪਰ ਇਹ ਸਾਰੀ ਹੀ ਘਟਨਾ ਜੋ ਵਾਰਡ ਦੇ ਅੰਦਰ ਕੈਮਰਾ ਲੱਗਿਆ ਹੋਇਆ ਸੀ ਉਸ ਦੇ ਵਿੱਚ ਕੈਦ ਹੋ ਗਈ, ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਦੀ ਜੋ ਸੁਰੱਖਿਆ ਹੈ ਉਹ ਕਿੰਨੀ ਕੁ ਚੰਗੀ ਹੈ, ਕਿਉਂਕਿ ਸ਼ਰੇਆਮ ਬੱਚਾ ਚੋਰੀ ਹੋ ਗਿਆ ਅਤੇ ਕਿਸੇ ਨੇ ਉਸ ਔਰਤ ਨੂੰ ਪੁੱਛਿਆ ਤੱਕ ਨਹੀਂ ਕਿ ਆਖਰ ਉਹ ਹੈ ਕੌਣ। ਤਾਂ ਦੱਸ ਦਈਏ ਕਿ ਇਹ ਵੀਡੀਓ ਬੇਗੂਸਰਾਏ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਅਤੇ ਇਸੇ ਦੌਰਾਨ ਇੱਕ ਔਰਤ ਇਸ ਵਾਰਡ ਦੇ ਅੰਦਰ ਦਾਖਲ ਹੁੰਦੀ ਹੈ। ਉਸਦਾ ਮੂੰਹ ਢੱਕਿਆ ਹੁੰਦਾ, ਸਾੜੀ ਉਸਨੇ ਪਾਈ ਹੁੰਦੀ ਹੈ ਅਤੇ ਹੱਥ ਦੇ ਵਿੱਚ ਉਸਦੇ ਚਾਦਰ ਹੁੰਦੀ ਹੈ ਅਤੇ ਉਸ ਚਾਦਰ ਦੇ ਵਿੱਚੋਂ ਇੱਕ ਬੱਚੇ ਨੂੰ ਲਪੇਟਦੀ ਹੈ ਅਤੇ ਆਪਣੇ ਨਾਲ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ। ਹਾਲਾਂਕਿ ਮੌਕੇ ਦੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਬਿਹਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਬੱਚਾ ਸ਼ਰੇਆਮ ਚੋਰੀ ਕਰ ਲਿਆ ਗਿਆ। ਇੱਕ ਹਸਪਤਾਲ ਦੇ ਵਿੱਚੋਂ ਸ਼ਰੇਆਮ ਬੱਚਾ ਚੋਰੀ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਸਿਵਲ ਹਸਪਤਾਲ ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਅਤੇ ਜਿਵੇਂ ਹੀ ਇੱਕ ਔਰਤ ਇਸ ਦੇ ਅੰਦਰ ਦਾਖਲ ਹੁੰਦੀ ਹੈ ਸਾੜੀ ਪਾ ਕੇ ਤੇ ਮੂੰਹ ਇਸਨੇ ਆਪਣਾ ਲਪੇਟਿਆ ਹੁੰਦਾ ਹੈ ਅਤੇ ਚਾਦਰ ਦੇ ਵਿੱਚ ਲਪੇਟ ਕੇ ਇੱਕ ਨਵਜਾਤ ਬੱਚੇ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ। ਪਰ ਇਹ ਸਾਰੀ ਹੀ ਘਟਨਾ ਜੋ ਵਾਰਡ ਦੇ ਅੰਦਰ ਕੈਮਰਾ ਲੱਗਿਆ ਹੋਇਆ ਸੀ ਉਸ ਦੇ ਵਿੱਚ ਕੈਦ ਹੋ ਗਈ, ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਦੀ ਜੋ ਸੁਰੱਖਿਆ ਹੈ ਉਹ ਕਿੰਨੀ ਕੁ ਚੰਗੀ ਹੈ, ਕਿਉਂਕਿ ਸ਼ਰੇਆਮ ਬੱਚਾ ਚੋਰੀ ਹੋ ਗਿਆ ਅਤੇ ਕਿਸੇ ਨੇ ਉਸ ਔਰਤ ਨੂੰ ਪੁੱਛਿਆ ਤੱਕ ਨਹੀਂ ਕਿ ਆਖਰ ਉਹ ਹੈ ਕੌਣ। ਤਾਂ ਦੱਸ ਦਈਏ ਕਿ ਇਹ ਵੀਡੀਓ ਬੇਗੂਸਰਾਏ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਅਤੇ ਇਸੇ ਦੌਰਾਨ ਇੱਕ ਔਰਤ ਇਸ ਵਾਰਡ ਦੇ ਅੰਦਰ ਦਾਖਲ ਹੁੰਦੀ ਹੈ। ਉਸਦਾ ਮੂੰਹ ਢੱਕਿਆ ਹੁੰਦਾ, ਸਾੜੀ ਉਸਨੇ ਪਾਈ ਹੁੰਦੀ ਹੈ ਅਤੇ ਹੱਥ ਦੇ ਵਿੱਚ ਉਸਦੇ ਚਾਦਰ ਹੁੰਦੀ ਹੈ ਅਤੇ ਉਸ ਚਾਦਰ ਦੇ ਵਿੱਚੋਂ ਇੱਕ ਬੱਚੇ ਨੂੰ ਲਪੇਟਦੀ ਹੈ ਅਤੇ ਆਪਣੇ ਨਾਲ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ। ਹਾਲਾਂਕਿ ਮੌਕੇ ਦੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਬਿਹਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਬੱਚਾ ਸ਼ਰੇਆਮ ਚੋਰੀ ਕਰ ਲਿਆ ਗਿਆ। ਇੱਕ ਹਸਪਤਾਲ ਦੇ ਵਿੱਚੋਂ ਸ਼ਰੇਆਮ ਬੱਚਾ ਚੋਰੀ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਸਿਵਲ ਹਸਪਤਾਲ ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਅਤੇ ਜਿਵੇਂ ਹੀ ਇੱਕ ਔਰਤ ਇਸ ਦੇ ਅੰਦਰ ਦਾਖਲ ਹੁੰਦੀ ਹੈ ਸਾੜੀ ਪਾ ਕੇ ਤੇ ਮੂੰਹ ਇਸਨੇ ਆਪਣਾ ਲਪੇਟਿਆ ਹੁੰਦਾ ਹੈ ਅਤੇ ਚਾਦਰ ਦੇ ਵਿੱਚ ਲਪੇਟ ਕੇ ਇੱਕ ਨਵਜਾਤ ਬੱਚੇ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ। ਪਰ ਇਹ ਸਾਰੀ ਹੀ ਘਟਨਾ ਜੋ ਵਾਰਡ ਦੇ ਅੰਦਰ ਕੈਮਰਾ ਲੱਗਿਆ ਹੋਇਆ ਸੀ ਉਸ ਦੇ ਵਿੱਚ ਕੈਦ ਹੋ ਗਈ, ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਦੀ ਜੋ ਸੁਰੱਖਿਆ ਹੈ ਉਹ ਕਿੰਨੀ ਕੁ ਚੰਗੀ ਹੈ, ਕਿਉਂਕਿ ਸ਼ਰੇਆਮ ਬੱਚਾ ਚੋਰੀ ਹੋ ਗਿਆ ਅਤੇ ਕਿਸੇ ਨੇ ਉਸ ਔਰਤ ਨੂੰ ਪੁੱਛਿਆ ਤੱਕ ਨਹੀਂ ਕਿ ਆਖਰ ਉਹ ਹੈ ਕੌਣ। ਤਾਂ ਦੱਸ ਦਈਏ ਕਿ ਇਹ ਵੀਡੀਓ ਬੇਗੂਸਰਾਏ ਤੋਂ ਸਾਹਮਣੇ ਆਈ ਹੈ ਜਿੱਥੇ ਕਿ
ਇੱਕ ਨਿਊ ਬੇਬੀ ਕੇਅਰ ਵਾਰਡ ਦੇ ਵਿੱਚ ਕੁਝ ਬੱਚੇ ਰੱਖੇ ਹੋਏ ਸੀ ਤੇ ਇਸੇ ਦੌਰਾਨ ਇੱਕ ਔਰਤ ਇਸ ਵਾਰਡ ਦੇ ਅੰਦਰ ਦਾਖਲ ਹੁੰਦੀ ਹੈ। ਉਸਦਾ ਮੂੰਹ ਢੱਕਿਆ ਹੁੰਦਾ, ਸਾੜੀ ਉਸਨੇ ਪਾਈ ਹੁੰਦੀ ਹੈ ਤੇ ਹੱਥ ਦੇ ਵਿੱਚ ਉਸਦੇ ਚਾਦਰ ਹੁੰਦੀ ਹੈ ਤੇ ਉਸ ਚਾਦਰ ਦੇ ਵਿੱਚੋਂ ਇੱਕ ਬੱਚੇ ਨੂੰ ਲਪੇਟਦੀ ਹੈ ਅਤੇ ਆਪਣੇ ਨਾਲ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ। ਹਾਲਾਂਕਿ ਮੌਕੇ ਦੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਬਿਹਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਬੱਚਾ ਸ਼ਰੇਆਮ ਚੋਰੀ ਕਰ ਲਿਆ ਗਿਆ।